त्योहारां दा सीजन शुरू ते हुण किडनी लीवर तुहाडा भुरू। सीजन च रहो सावधान, इकला जीव दा स्वाद नहीं अपने शरीर दा भी रखना पौ ध्यान। तस्वीरां दे विच तुसी वड्डे वड्डे कड़ाहे देख रहे हो, दरअसल मिठाई बनाउण वाली फैक्टरी है जिहड़ियां इह तस्वीरां तुहानू दिखाईआं गईआं ने, जिथे लड्डू बर्फियां तैयार हो रही ने। त्योहारां दे मौके पब्लिक नूं साफ सुथरी अते म्यारी मिठाइयां मुहैया करवाउण लई वचनबद्ध सेहत विभाग दे वल्लों त्योहारां दे दिनां नूं मुख रखदे होए शहर दे विच चौकसी वधा दित्ती गई है, जिहदे चलदे समें समें ते खाण पीण वालियां वस्तां वालियां दुकानां दी चैकिंग कीती जा रही है। सेहत विभाग दी टीम दे वल्लों सहायक फूड कमिश्नर मनजिंदर सिंह ढिल्लों दी अगवाई दे विच इक मिठाई बनाउण वाली फैक्टरी दे उत्ते छापा मारिया गया अते उत्थे बन रहे बर्फी पतीसा ते लड्डुओं दे सैंपल ले गए, जो कि टेस्टिंग लई अगे लैबोरेटरी भेजे गए ने। ये लड्डू वगैरह किथे सप्लाई करदे हो? किथों बाजार से करदे सप्लाई, दुकानां ते। ਕੋਈ ਜਿਹੜਾ ਇਹ ਮਿਕਦਾਰ ਸਿਹਤ ਵਿਭਾਗ ਕਹਿ ਰਿਹਾ ਕਿ ਸਹੀ ਨਹੀਂ, ਉਹਦੇ ਮੁਤਾਬਕ ਕੀ ਕਹਿਣਾ ਚਾਹੁੰਦੇ? ਜਿਵੇਂ ਚੈੱਕ ਹੋਣ 'ਤੇ ਹੀ ਪਤਾ ਲੱਗੂਗਾ, ਸਾਡੇ ਮੁਤਾਬਕ ਤਾਂ ਸਹੀ ਹੈ। ਉਦੋਂ ਅਜੇ ਚੈੱਕ ਹੋਊਗਾ ਫਿਰ ਹੀ ਪਤਾ ਲੱਗੂਗਾ। ਆਪਾਂ ਕੁਆਲਿਟੀ ਬੜੀ ਆ, ਜਿਵੇਂ ਕੋਟਨ ਸੀਡ ਹੈ, ਡਬਲ ਰਿਫਾਈਨਡ ਸ਼ੂਗਰ ਹੈ, ਹੋਰ ਤਾਂ ਕੋਈ ਹੈ ਨਹੀਂ। ਕਿੰਨੇ ਚਿਰ ਤੋਂ ਕੰਮ ਕਰਦੇ ਹੋ? 2 ਮਹੀਨੇ ਹੋ ਗਏ ਜੀ। 2 ਮਹੀਨੇ ਬਰਨਾਲੇ ਉੱਥੇ ਕੰਮ ਕਰ ਲੱਗੇ? ਹਾਂਜੀ। ਅਤੇ ਲੱਡੂ ਕਿੱਥੇ ਕਿੱਥੇ ਸਪਲਾਈ ਕਰਦੇ ਫਿਰ? ਬਾਜ਼ਾਰ 'ਤੇ ਕਰਦੇ ਜੀ। ਕਿ ਜਿਵੇਂ ਕਹਿੰਦੇ ਜ਼ਿਆਦਾ ਬਾਬਾ ਫਰੀਦ ਜਿਹੜੇ ਚੜ੍ਹਾਏ ਜਾਂਦੇ ਉਹਨਾਂ 'ਚ? ਨਹੀਂ ਨਹੀਂ, ਉਹਨਾਂ 'ਚ ਨਹੀਂ ਹੈਗਾ ਜੀ। ਹਰੇ ਬਾਜ਼ਾਰ 'ਚ ਕਰਦੇ? ਹਾਂਜੀ ਹਾਂਜੀ, ਜਿਹੜਾ ਲੈਂਦਾ ਹੈ ਕੋਈ ਆਰਡਰ ਵਾਲਾ ਆ ਜਾਂਦਾ ਵਿਆਹ ਸ਼ਾਦੀ ਵਾਲਾ, ਉਵੇਂ ਆਰਡਰ ਹੈਗਾ। ਉੱਥੇ ਹੀ ਮਿਠਾਈਆਂ ਬਣਾਉਣ ਵਾਲੇ ਫੈਕਟਰੀ ਮਾਲਕ ਨੇ ਕਿਹਾ ਕਿ ਉਹ ਆਪਣੇ ਵੱਲੋਂ ਸਾਫ ਸੁਥਰੇ ਅਤੇ ਵਧੀਆ ਮਿਠਿਆਈ ਤਿਆਰ ਕਰਕੇ ਦੁਕਾਨਾਂ ਨੂੰ ਸਪਲਾਈ ਕਰਦੇ ਨੇ ਅਤੇ ਸੈਂਪਲ ਦੀ ਰਿਪੋਰਟ ਤੋਂ ਬਾਅਦ ਸਭ ਸਾਫ ਜ਼ਾਹਿਰ ਹੋ ਜਾਵੇਗਾ। ਅੱਜ ਨਾ ਸਾਡਾ ਐਕਚੁਅਲੀ ਅਸੀਂ ਕਾਫੀ ਦਿਨਾਂ ਤੋਂ ਸਾਨੂੰ ਪਤਾ ਲੱਗਾ ਸੀਗਾ ਬਾਬਾ ਫਰੀਦ ਅਤੇ ਲੱਡੂ ਵਗੈਰਾ ਚੜ੍ਹਾ ਰਹੇ ਸੀਗੇ, ਅਤੇ ਅਸੀਂ ਇੱਕ ਇਨਫੋਰਮੇਸ਼ਨ ਕਲੈਕਟ ਕੀਤੀ ਸੀਗੀ, ਨਾਲ ਸੰਯੋਗ ਲਿਆ ਸੀਗਾ ਆਪਾਂ CID ਮਹਿਕਮੇ ਦਾ। ਇਹਨਾਂ ਨੇ ਫਿਰ ਇਨਫੋਰਮੇਸ਼ਨ ਨਾਲ ਇਕੱਠੀ ਕਲੈਕਸ਼ਨ ਕਰਕੇ ਇੱਥੋਂ ਪਤਾ ਲੱਗਾ ਸੀ ਵੀ ਇੱਥੋਂ ਜਾ ਰਹੇ ਆ ਸਾਰਾ, ਅਤੇ ਕੁਦਰਤੀ ਇੱਥੇ ਅਸੀਂ ਆਏ ਅਤੇ ਇੱਥੋਂ ਗੇਟ ਖੁੱਲ੍ਹਾ ਆਇਆ ਸੀਗਾ, ਅਤੇ ਇੱਥੋਂ ਫਿਰ ਅਸੀਂ ਸਾਨੂੰ ਪਤਾ ਲੱਗਾ ਵੀ ਅੰਦਰ ਇਹ ਪ੍ਰਪੇਅਰ ਕਰ ਰਹੇ ਆ। ਤਿਉਹਾਰਾਂ ਦੇ ਮੱਦੇਨਜ਼ਰ ਵੀ ਕੋਈ ਜ਼ਿਆਦਾ? ਹਾਂਜੀ, ਤਿਉਹਾਰਾਂ ਦੇ ਮੱਦੇਨਜ਼ਰ ਵੀ ਸਾਨੂੰ ਇੰਸਟਰਕਸ਼ਨ ਆਈਆਂ ਸਾਡੇ ਅਭਿਨਵ ਤਰੀਖਾ ਜੀ ਆ ਕਮਿਸ਼ਨਰ ਸਾਹਿਬ, ਅਤੇ ਸਾਡੇ ਅਨਿਲ ਗੋਇਲ ਜੀ ਆ ਸਿਵਲ ਸਰਜਨ ਸਾਹਿਬ, ਉਹਨਾਂ ਨੇ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਵਾ ਵੀ ਕੋਈ ਵੀ ਚੀਜ਼ ਆ ਜਿਹੜੀ ਖਾਣ ਪੀਣ ਵਾਲੀ ਆ ਉਹ ਮਿਲਾਵਟੀ ਨਾ ਹੋਵੇ, ਨਾ ਇਹ ਰੰਗ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ। ਇਸ ਲੱਡੂਆਂ ਦੇ ਵਿੱਚ ਜਿਹੜੇ ਰੰਗ ਆ ਇਹ ਅਜੰਤਾ ਦੇ ਯੂਜ਼ ਕਰ ਰਹੇ ਆ, ਜਿਹੜੇ ਪਰਮਿਟਿਡ ਕਲਰ ਆ, ਪਰ ਇਹਦੇ ਕੁਆਂਟਿਟੀ ਜਿਹੜੀ ਨਾ ਵੱਧ ਘੱਟ ਦਾ ਇਹਨਾਂ ਨੂੰ ਪਤਾ ਨਹੀਂ ਆ। ਇਹ ਕੁਛ ਕੁਆਂਟਿਟੀ ਮਤਲਬ ਵੱਧ ਪਾ ਕੇ ਉਹਦਾ ਡਾਰਕ ਕਲਰ ਆ ਜ਼ਿਆਦਾ, ਤੁਸੀਂ ਹੁਣ ਲੱਡੂ ਵੇਖੋਗੇ ਉਹਦੇ ਵਿੱਚ ਤੁਹਾਨੂੰ ਲੱਗੂਗਾ ਵੀ ਉਹ ਬਹੁਤ ਜ਼ਿਆਦਾ ਡਾਰਕ ਆ। ਇਹ ਸਰ ਹੁਣ ਅੱਗੇ ਕਿੱਥੇ ਜਾਊਗੇ? ਇਹ ਚੰਡੀਗੜ੍ਹ ਜਾਊਗੇ ਇਹਨਾਂ ਦੇ ਸੈਂਪਲਿੰਗ, ਇਹਦੇ ਉਦੋਂ ਟੈਸਟ ਹੋਊਗਾ, ਟੈਸਟ ਹੋ ਕੇ 15 ਦਿਨਾਂ ਦੇ ਵਿੱਚ ਇਹਦੀ ਰਿਪੋਰਟ ਆ ਜਾਊਗੀ, ਅਤੇ ਉਹਦੇ ਵਿੱਚ ਸਾਨੂੰ ਪਤਾ ਲੱਗ ਜੂਗਾ ਵੀ ਇਹਦੇ ਵਿੱਚ ਕਲਰ ਕਿਹੜਾ ਪਾਇਆ ਗਿਆ ਵਾ, ਜਾਂ ਬੇਸਣ ਜਾਂ ਹੋਰ ਵੀ ਚੀਜ਼ਾਂ। ਕੁਛ ਚੀਜ਼ਾਂ ਇਹਨਾਂ ਨੇ ਬਾਹਰੋਂ ਪਰਚੇਜ ਕੀਤੀਆਂ ਹੋਈਆਂ, ਕਹਿੰਦੇ ਇਹ ਮੁਕਤਸਰ ਤੋਂ ਬਰਫੀ ਵਗੈਰਾ ਪਰਚੇਜ ਕੀਤੀ ਹੋਈ ਆ, ਉਹਦਾ ਪਤੀਸਾ ਵੀ ਆ ਉਹਦੇ ਵਿੱਚ, ਉਹਦਾ ਜੋ ਵੀ ਰਿਜ਼ਲਟ ਆਊਗਾ ਉਸ ਹਿਸਾਬ ਨਾਲ ਉਹਦਾ ਐਕਸ਼ਨ ਦਿੱਤਾ ਜਾਊਗਾ। ਅਤੇ ਜਿਹੜਾ ਇਹਨਾਂ ਨੇ ਬਣਾਇਆ ਸਮਾਨ ਇਹਦਾ ਕੀ? ਇਹਦਾ ਜਿਹੜਾ ਤਾਂ ਹੁਣ ਬਣਾਇਆ ਸਮਾਨ ਆ ਇਹਦੇ ਵਿੱਚ ਤਾਂ ਅਸੀਂ ਹੁਣ ਇਹ ਦੇਖ ਰਹੇ ਹਾਂ ਵੀ ਕਿੰਨੀਆਂ ਘਟਰੀਆਂ ਵਾ, ਜੇ ਤਾਂ ਨਸ਼ਟ ਕੀਤਾ ਜਾਊਗਾ ਜਿਹੜਾ ਤਾਂ ਜ਼ਿਆਦਾ ਕਲਰਫੁੱਲ ਆ, ਜਿਹੜਾ ਤਾਂ ਨੋਰਮਲ ਕਲਰ ਆ ਉਹ ਤਾਂ ਕੋਈ ਪ੍ਰੋਬਲਮ ਨਹੀਂ ਆ, ਜਿਹੜਾ ਜ਼ਿਆਦਾ ਕਲਰਫੁੱਲ ਆ ਉਹਨਾਂ ਨੂੰ ਅਸੀਂ ਮੌਕੇ 'ਤੇ ਨਸ਼ਟ ਕਰਾਵਾਂਗਾ। ਇਹਨਾਂ ਦੇ ਲੱਡੂ ਆ ਅਤੇ ਬਰਫੀ ਆ ਅਤੇ ਵੇ ਪਤੀਸਾ ਵਾ, 3 ਚੀਜ਼ਾਂ ਸੈਂਪਲ। ਸਦਾ ਦੇ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਅਤੇ ਹੁਣ ਮਿਠਾਈ ਖਾਣ ਵੇਲੇ ਥੋੜ੍ਹਾ ਸੁਚੇਤ ਰਹੋ, ਕਿਉਂਕਿ ਦੇਖਿਆ ਜਾ ਰਿਹਾ ਕਿ ਅੱਜ ਕੱਲ੍ਹ ਮਿਠਾਈਆਂ ਦੇ ਵਿੱਚ ਕਾਫੀ ਮਿਲਾਵਟਾਂ ਕੀਤੀਆਂ ਜਾ ਰਹੀਆਂ ਨੇ, ਜੋ ਕਿ ਸਾਡੀ ਸਿਹਤ ਲਈ ਨੁਕਸਾਨ ਦਾ ਕਾਰਨ ਬਣਦੀਆਂ ਨੇ। ਹਕੀਕਤ TV ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।